ਅਸਲਾਮ ਵਾਲੇਕੁਮ। ਇਹ ਕਿਹੜੀ ਗੱਡੀ ਆਈ ਜੀ? ਨਾ ਨਵਾਂ 25 ਮਾਡਲ, ਇਹਦੀ ਚੇਸੀ ਪੂਰੀ ਡਬਲ ਜੇ, ਠੀਕ ਹੈ। ਇਹ ਵੇਖੋ ਪੂਰੀ ਡਬਲ ਚੇਸੀ ਜੀ, ਅਤੇ ਐਂਡ ਨਿਕਲ ਜੇ। ਉਸ ਤੋਂ ਬਾਅਦ ਜਨਾਬ ਜੋਨਸਨ ਦਾ ਇੰਜਨ ਲੱਗਾ ਜੇ, 150 cc ਦਾ ਪੰਖਾ ਲੱਗਾ ਦਾ ਜੇ, ਵੱਡੇ ਸ਼ਾਹ ਲੱਗੇ ਜੇ, 34 ਇੰਚ ਦੇ LED ਲਾਈਟ ਲੱਗੀ ਦੀ ਜੇ, LED ਇਸ਼ਾਰੇ ਲੱਗੇ ਦੇ ਜੇ, ਵੱਡਾ ਮੀਟਰ ਲੱਗਾ ਦਾ ਜੇ, ਠੀਕ ਹੈ। ਇਹ ਸੀਟ ਵੀ ਲੱਗੀ ਦੀ ਜੇ ਪਿੱਛੇ ਡਰਾਈਵਰ ਦੇ, ਇਹ ਡਰਾਈਵਰ ਦੇ ਸੀਟ ਵੀ ਬਣ ਜਾਂਦੀ ਹੈ, ਇਹ ਡਰਾਈਵਰ ਦੀ ਬੈਗ ਵੀ ਬਣ ਜਾਂਦੀ ਹੈ। ਉਸ ਤੋਂ ਬਾਅਦ ਟੂਲ ਬਾਕਸ ਦੇ ਉੱਤੇ ਸੀਟ ਹੈ, ਹੈਂਡ ਬ੍ਰੇਕ ਦੀ ਆਪਸ਼ਨ, ਲੋ ਗੇਅਰ ਵੀ ਲੱਗਾ ਦਾ, ਠੀਕ ਹੈ। ਇਹ ਛੋਟੀ ਬਾਡੀ ਜੇ ਇਹਦੇ 'ਚ, ਠੀਕ ਹੈ। ਇਹਦੇ 'ਚ 2 ਮਾਡਲ ਆਉਂਦੇ ਨੇ, ਇੱਕ ਹੈ ਛੋਟੀ ਬਾਡੀ ਜੇ, ਇੱਕ ਹੈ ਵੱਡੀ ਬਾਡੀ ਜੇ, ਠੀਕ ਹੈ। ਚੇਸੀ ਵਗੈਰਾ ਹਰ ਚੀਜ਼ ਸੇਮ ਹੀ ਹੁੰਦੀ ਜੇ ਸਾਰੀ, ਠੀਕ ਹੈ। ਦੇਖੋ ਚੇਸੀ ਵਗੈਰਾ ਸੇਮ ਹੀ ਹੁੰਦੀ ਹੈ, ਲੋ ਗੇਅਰ ਹਰ ਚੀਜ਼ ਸੇਮ ਹੀ ਹੈ, ਠੀਕ ਹੈ। ਕਿਹੜਾ ਤੁਹਾਨੂੰ ਹਾਂ, ਠੀਕ ਹੈ। ਟਾਇਰ ਟੂਰ ਵੀ ਸੇਮ ਹੁੰਦੇ ਨੇ, ਹਰ ਚੀਜ਼ ਦੀ ਗਰੰਟੀ ਹੁੰਦੀ ਹੈ। ਵੇਖੋ ਲੋ ਗੇਅਰ ਹੀ ਵੱਡਾ ਲੱਗਾ ਜੇ, ਕਮਾਂਡੀਆਂ ਭਾਰੀ ਕੀਤੀ ਗਈਆਂ ਕੰਪਨੀਆਂ ਨੇ। ਹੁਣ 3-4 ਯਾਨੀ ਕਿ ਚੀਜ਼ਾਂ ਤਬਦੀਲ ਕੀਤੀਆਂ 2025 'ਚ। ਉਸ ਤੋਂ ਬਾਅਦ ਰਹੀ ਅੱਲਾ ਤੁਹਾਡਾ ਭਲਾ ਕਰੇ, ਐਂ ਵੇਖੋ ਨਾ, ਇਹ ਛੋਟੀ ਬਾਡੀ ਦਾ ਅਤੇ ਵੱਡੀ ਬਾਡੀ ਦਾ ਇਹ ਫਰਕ ਜੇ, ਠੀਕ ਹੈ। ਵੱਡੀ ਬਾਡੀ ਕਿਹੜੀ ਹੈ ਨਾ, ਉਹ ਇਹ ਹਿੱਸਾ ਕਿਹੜਾ ਨਾ ਜ਼ਿਆਦਾ ਉੱਚਾ ਲੱਗਾ ਦਾ, ਠੀਕ ਹੈ। ਇਹ ਮੈਂ ਤੁਹਾਨੂੰ ਤਸਵੀਰਾਂ ਭੇਜ ਰਹੀਆਂ ਨੇ। ਇਹ ਸਕਰੀਨ ਵਾਲਾ ਮਾਡਲ ਵੀ ਮਿਲ ਜਾਏਗਾ, ਇਹ ਸਕਰੀਨ ਲਵਾਓਗੇ ਤਾਂ 20,000 ਰੁਪਏ ਐਕਸਟਰਾ ਹੋ ਜਾਂਦਾ ਜੇ, ਇਹ ਸਕਰੀਨ ਦਾ 20,000 ਰੁਪਏ ਐਕਸਟਰਾ ਜੇ, ਇਹ ਚੀਜ਼ ਯਾਦ ਰੱਖਿਓ, ਠੀਕ ਹੈ। ਭਾਵੇਂ ਇਹ ਵੱਡੀ ਬਾਡੀ ਨੂੰ ਲੱਗੀ ਦੀ ਹੈ ਸਕਰੀਨ, ਅਤੇ ਉਹ ਉੱਧਰ ਛੋਟੀ ਬਾਡੀ ਨੂੰ ਲੱਗੀ ਦੀ ਹੈ, ਠੀਕ ਹੈ। ਇਹ ਦੇਖੋ, ਇਹ ਛੋਟੀ ਬਾਡੀ ਨੂੰ ਵੀ ਲੱਗੀ ਦੀ ਹੈ, ਸਾਰੇ ਮਾਡਲ ਅਵੇਲੇਬਲ ਨੇ।